ਉਸ ਤੋਂ ਬਾਅਦ ਹੁਣ ਚੱਲੇ ਆਪਣੇ ਵੱਡੇ ਸ਼ਹਿਰ ਵਿੱਚ ਜਾ ਕੇ ਉਹ ਮਾਮਲਾ ਵੇਖ ਰਹੇ ਮਿਸਤਰੀ ਰਾਤ ਕੀ ਕਰ ਰਹੇ ਨੇ, ਪਲੇਟਾਂ 'ਚ ਧੁੱਪਿਆਲ ਕੀਤੀਆਂ ਵੇਖ ਮਾਸ਼ਾਅੱਲਾ ਪੱਖੇ ਫਟਾਫਟ ਚੱਲ ਰਹੇ ਨੇ, ਇੱਕ ਪੱਖਾ ਰਹਿ ਗਿਆ ਭਾਈ ਸਲੀਮ ਸਾਹਿਬ ਦਾ ਬੜੀ ਦਫ਼ਾ ਤਰਲਾ ਕੀਤਾ ਜਦ ਤੱਕ ਲਾ ਕੇ ਜਾ ਰਹੇ ਨੇ, ਬਸ ਕਰਮ ਵਾਲੇ ਨੇ ਕੀ ਬੰਦਾ ਕਿਹਾ ਪਾਕਿਸਤਾਨ ਐਸਾ ਮੁਲਕ ਪੈਸੇ ਦੇ ਤਾਂ ਵੀ ਕੰਮ ਨਹੀਂ ਤੁਹਾਡਾ ਕਰਨ ਲੱਗੇ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਅਸਲਾਮੁ ਅਲੈਕੁਮ ਵ ਰਹਿਮਤੁਲਲਾਹਿ ਵ ਬਰਕਾਤੁਹ। ਕੀ ਹਾਲ ਹੈ ਜਨਾਬ ਪਿਆਰਾਂ ਵੀਰਾਂ, ਉਮੀਦ ਹੈ ਮਾਸ਼ਾਅੱਲਾ ਤੁਸੀਂ ਸਾਰੇ ਖੈਰ ਫੀਰ ਦੇ ਨਾਲ ਹੋਵੋਗੇ, ਦੁਆ ਕੱਲਾ ਪੱਕ ਦੇਣ ਤੋਂ ਸਿਹਤ ਤੰਦਰੁਸਤ ਆਪਸ ਡੇਰੋ ਡੇਰੋ ਮੁਹੱਬਤਾਂ ਦਿਨ ਇਸਲਾਮ ਦੀਆਂ ਸੱਚੀਆਂ ਲਫਤਾਂ ਕਰਨਾ। ਇਹਦਾ ਵਲੋਗ ਸ਼ੁਰੂ ਅੱਜ ਜਨਾਬ ਆ ਗਿਆ, ਫਸਟ ਟਾਈਮ ਇਹਨਾਂ ਮਿੰਨੀ ਜ਼ੂ ਵਿੱਚ ਕੋ ਕਬੂਤਰ ਨਵੇਂ ਸ਼ਵੇਂ ਫੱਦੇ ਨੂੰ ਤੁਹਾਨੂੰ ਚੈੱਕ ਕਰਾਉਂਦੇ ਸ਼ੋ ਕਰਾਉਂਦੇ ਹਾਂ ਕਿ ਵਾਹ ਵਾਹ ਜਿਹੜਾ ਨੇ ਮਾਸ਼ਾਅੱਲਾ ਰੌਣਕ ਜਿਹਨਾਂ ਬਣਾਈ, ਕੁਝ ਆਹ ਸਾਈਡ ਤਾਂ ਬੈਠੇ ਨੇ, ਕੁਝ ਉੱਤੇ ਗਏ ਨੇ, ਹੁਣ ਇਹਨਾਂ ਦਾ ਮੈਂ ਬੂਹਾ ਸ਼ੂਆ ਖੋਲਿਆ ਤੁਹਾਨੂੰ ਚੈੱਕ ਕਰਾਉਂਦੇ ਹਾਂ। ਮਾਸ਼ਾਅੱਲਾ ਬੜਾ ਬੜਾ ਨਾ ਵੀ ਆਈ ਪੀ ਕਬੂਤਰ ਇਹਨਾਂ ਫੜੇ ਆ, ਕੱਲ੍ਹ ਕੋ ਕਬੂਤਰਾਂ ਦਾ ਅੱਗ ਮੌਸਮ ਆ ਰਿਹਾ ਅਤੇ ਬਿਲਕੁਲ ਮਾਸ਼ਾਅੱਲਾ ਸੋਹਣੇ ਅਤੇ ਫਰੈਸ਼ ਕਬੂਤਰ ਜਿਹੜਾ ਇਹਨਾਂ ਫੱਦੇ ਨੇ ਉਹ ਤੁਹਾਨੂੰ ਸ਼ੋ ਕਰਾਉਂਦੇ ਹਾਂ। ਉਹ ਕੁੱਕੜੀਆਂ ਦਾਣਾ ਛਾਣਾ ਵੀ ਖਾ ਰਹੀਆਂ ਨੇ, ਦਾਣੇ ਛਾਣੇ ਪਾਏ ਨੇ, ਬਾਣੀ ਛਾਣੀ ਪਾਏ ਆ ਅਤੇ ਮੌਸਮ ਤਕਰੀਬਨ ਸਾਫ਼ ਹੀ ਧੁੱਪ ਛੱਪ ਚੜ੍ਹੀ ਹੈ। ਬਾਕੀ ਫਿਰ ਦੂਜੇ ਮਾਮਲਾ ਸ਼ੈਡ 'ਤੇ ਚੱਲ ਕੇ ਵੀ ਨਾ ਕੋਈ ਇੱਕ ਦੋ ਦਿਨ ਦਾ ਕੰਮ ਰਹਿ ਗਿਆ, ਸ਼ੈਡ ਦਾ ਵੀ ਇਨਸ਼ਾਅੱਲਾ ਥੋੜ੍ਹੇ ਦਿਨ ਵਾਰਾ ਕੰਪਲੀਟ ਹੋ ਚੱਲਿਆ। ਗਾਵਾਂ ਤੁਹਾਨੂੰ ਦੱਸ ਸਕ ਪਤਾ ਸੀ ਉਹਦੇ ਲੈ ਗਏ ਹਾਂ, ਬੱਚੇ ਛੱਚੇ ਇੱਧਰ ਰਹਿੰਦੇ ਨੂੰ ਵੀ ਇਨਸ਼ਾਅੱਲਾ ਫੇਰੀ ਪਰਸੋਂ ਤੱਕ ਜਿਹੜਾ ਨਾ ਹੋ ਜਾਈਏ ਯਾਰ, ਸਾੜੀਆਂ ਪਾਣੀਆਂ ਲੀਕ ਹੋ ਗਈਆਂ, ਉਹਦੀ ਵਜ੍ਹਾ ਤੋਂ ਕਮਾਲ ਇੱਧੇ ਉਹ ਵੀ ਇਨਸ਼ਾਅੱਲਾ ਫਿਰ ਉਹੀ ਉੱਧਰ ਟਰਾਂਸਫਰ ਕਰਨੇ ਇਨਸ਼ਾਅੱਲਾ ਨਾ। ਵੇਖੋ ਮਾਸ਼ਾਅੱਲਾ ਜਨਾਬ ਮਿਸ਼ਰੀ ਅਤੇ ਗੋਲਡਨ ਪਾਣੀ ਪੀ ਰਹੀਆਂ ਨੇ, ਨਾਲ ਸੀਨ ਜਿਹੜੀ ਮਾਸ਼ਾਅੱਲਾ ਸ਼ਹਿਜ਼ਾਦੀ ਖੜੀ ਹੈ ਬੜੀ ਪਿਆਰੀ ਵਾਈਟ ਸਕ ਬਹੁਤ ਪਿਆਰੀ ਗਈ। ਕਬੂਤਰ ਵੀ ਜਨਾਬ ਅੰਦਰ ਹੁਣ ਦੂਆ ਖੋਲਾ ਜਾ ਰਹੇ ਨੇ ਆਪਣੇ ਫੈਂਸੀ ਛੋਟੇ, ਕੋਈ ਕਬੂਤਰ ਹੈ ਜਨਾਬ ਬੈਠੇ ਨੇ ਦੋਵੇ, ਆਹ ਕਾਲਾ ਕਬੂਤਰ ਬੜਾ ਮੇਰਾ ਫੇਵਰੇਟ ਕਬੂਤਰ ਮਾਸ਼ਾਅੱਲਾ, ਇਹਦਾ ਕਲਰ ਬਹੁਤ ਹੀ ਮਾਸ਼ਾਅੱਲਾ ਵੀ ਆਈ ਪੀ, ਨਾਲ ਇਹਦੇ ਕੋਹਰਾ ਵੇਖ ਬੈਠਿਆ ਆਹ ਵੀ ਸ਼ਾਹ ਸਿਰੇ ਆਹ ਸ਼ਾਹ ਸਿਰਾ ਚੈੱਕ ਕਰੋ ਮਾਸ਼ਾਅੱਲਾ ਵੀ ਬੜਾ ਵੀ ਆਈ ਪੀ ਕਬੂਤਰ ਹੈ, ਇਹ ਵੀ ਕਾਫੀ ਦੇਰ ਪੁਰਾਣਾ ਸਾਡੇ ਕੋਲ ਮਾਸ਼ਾਅੱਲਾ ਟਿੱਕੀ ਹੋਈ ਹੈ ਨਾ, ਕੁਝ ਜਾ ਕੇ ਉਹ ਉੱਤੇ ਧੁੱਪ ਬੈਠੇ ਨੇ। ਸਲਾ ਬਲਾਲ ਸਾਹਿਬ ਜਿਹੜਾ ਦਰਵਾਜ਼ਾ ਬਾਹਰ ਇਹਨਾਂ ਦਾ ਬੰਦ ਰੱਖਦੇ ਨੇ ਸ਼ੋਰਿਆਂ ਦਾ, ਮੈਂ ਤਾਂ ਇੰਨਾ ਬੰਦ ਕਰੀ ਰੱਖਦਾ ਖੁੱਲ੍ਹੇ ਰੱਖਣਾ ਤਾਂ ਕਿ ਈਜ਼ੀਲੀ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਬੜਾ ਸੋਗਣਾ ਬਾਹਰ ਫਦਣਾ ਫੱਦੀ ਆ ਫੱਦੀ ਆ ਫੱਦੀ ਬਾਅਦ ਚੱਕਰ ਬਣੇ। ਬਾਕੀ ਬਕਾਇਨ ਤਰੇਕ ਮਾਸ਼ਾਅੱਲਾ ਕਾਫੀ ਵੱਡੀ ਹੋ ਗਈ ਹੈ, ਆਹ ਦੂਜੀ ਵੀ ਮਾਸ਼ਾਅੱਲਾ ਅੱਗੇ ਕਾਫੀ ਵੱਡੀ ਹੋ ਰਹੀ ਹੈ, ਬੰਨੀ ਛੰਨੀ ਹੈ ਵੀ ਫਿੱਟ ਹੋ ਜਾਏਗੀ, ਆਉਂਦੇ ਸੀਜ਼ਨ 'ਚ ਕਾਫੀ ਜ਼ਿਆਦਾ ਨੇ ਛਾਂ ਮਾਸ਼ਾਅੱਲਾ ਬੜੀ ਪਿਆਰੀ ਬਣ ਗਈ ਤਾਂ ਕਿ ਸਕੂਨ ਨਾਲ ਆਪਣਾ ਮੋਜਾ ਕਰ ਸਕਣ ਕਬੂਤਰ। ਬਾਕੀ ਕੁਝ ਆਇਆ ਨਾ ਪੱਠੇ ਫੱਦੇ ਜਨਾਬ ਮਾਸ਼ਾਅੱਲਾ ਤੁਹਾਨੂੰ ਚੈੱਕ ਕਰਾਉਂਦੇ ਹਾਂ ਅਤੇ ਇਹ ਵੇਖੋ ਇਹ ਵੀ ਬੱਚਾ ਸ਼ਾਹ ਸਿਰਾ ਬਣਦਾ ਮਾਸ਼ਾਅੱਲਾ ਸੋਹਣਾ ਕਬੂਤਰ, ਇੱਕ ਅੱਗੇ ਨਾਲ ਸ਼ਾਹ ਸਿਰਾ ਫੜਿਆ ਨੇ, ਇਹ ਵੀ ਕਬੂਤਰ ਹੀ ਲੱਗ ਰਿਹਾ। ਉਹ ਜਿਹੜਾ ਬਦਾਮ ਸਿਰਾ ਮਾਸ਼ਾਅੱਲਾ ਵੀ ਬੜਾ ਪਿਆਰਾ ਪੱਠਾ, ਉਹ ਲੱਕਾ ਅੱਗੇ ਘਰ ਵਾਲਾ ਬੈਠੇ ਮਾਸ਼ਾਅੱਲਾ ਨਾ, ਇਹ ਕੋਈ ਲੁੰਦਰ ਜਾ ਕੇ ਬਹਿਰ ਨੇ ਆਂਡਿਆ ਬੱਚਿਆਂ ਤੋਂ ਬਾਰਿਸ਼ ਬੜੀ ਤੰਗੀ ਬਣੀ, ਜਿਹੜਾ ਕਾਂ ਜਿਹੜਾ ਉਹ ਜ਼ੁਲਮ ਕਰਦੇ ਨੇ ਛੋਦਿਆਂ ਦਾ ਬਹੁਤ ਜ਼ਿਆਦਾ ਕੰਮ ਖਰਾਬ ਕਰਦੇ ਨੇ। ਇਹ ਵੀ ਉਹਨਾਂ ਦੁਬਾਰਾ ਕਬੂਤਰ ਫੜਿਆ ਮਾਸ਼ਾਅੱਲਾ ਇੱਕ ਦੋ, ਇਹ ਵੇਖ ਚੈੱਕ ਕਰੋ ਇਹ ਪਿਛੜਾ ਨਹੀਂ ਹੈ ਕਬੂਤਰ ਦਾ ਮਾਸ਼ਾਅੱਲਾ ਬੜਾ ਪਿਆਰਾ ਕਲਰ ਹੈ ਵੱਡਾ ਨਹੀਂ ਜਿਹੜਾ, ਆਹ ਖੀਰ ਬੜੀ ਪੱਕੀ ਮਾਸ਼ਾਅੱਲਾ ਚੈੱਕ ਕਰੋ ਬਹੁਤ ਖੂਬਸੂਰਤ ਕਬੂਤਰ, ਸਿਆਲ ਕੋਟੀ ਟਾਈਪ ਲੱਗ ਰਿਹਾ। ਬਾਕੀ ਤੁਸੀਂ ਕਮੈਂਟ ਕਰਕੇ ਦੱਸਿਆ ਸਾਨੂੰ ਤੁਹਾਡਾ ਕੋਈ ਪਤਾ ਨਹੀਂ ਇਹਨਾਂ ਨਸਲਾਂ ਦਾ, ਹਲਕਾ ਫੁਲਕੀ ਬਸ ਥੋੜ੍ਹਾ ਬਾ ਅੱਗੇ ਕਬੂਤਰ ਤੋਂ ਨਜ਼ਰ ਆ ਰਿਹਾ ਜੋ ਸਿਰਾ ਤਕਰੀਬਨ ਇਹਦੀ ਅੱਖ ਬੜੀ ਪਿਆਰੀ ਪੱਕੀ, ਆਹ ਚਿਹਰੇ ਵਾਰੇ ਫੜੇ ਨੇ ਇਹਨਾਂ ਨੇ, ਆਹ ਸਨੋਹ ਹਮੇਸ਼ਾ ਕੇ ਇਹਦੀ ਜਿਹੜੀ ਸਨੋਹ ਦੀ ਜਾਥੜੀ ਉਹ ਵੜ ਗਈ ਵਿੱਚ ਪੀ ਰਹੇ, ਪਤਾ ਨਹੀਂ ਵੰਡਾ ਛਾਂਡਾ ਦੇਣ ਉਸਨੇ, ਉਹ ਕੜਿਆ ਵੱਡਾ ਸ਼ਾਹ ਸਿਰਾ ਪਹਿਲਾਂ ਦਾ ਮਾਸ਼ਾਅੱਲਾ ਕੋਲ ਹੈ, ਇਹ ਵੀ ਬੜਾ ਪਿਆਰਾ ਕਬੂਤਰ ਹੈ। ਅਸੀਲ ਜੀ ਮਾਸ਼ਾਅੱਲਾ ਵੀ ਵੇਖੋ ਕਰੀਚ ਲੱਗੀ ਹੋਈ, ਲੇਕਿਨ ਇਹ ਵੀ ਮਾਸ਼ਾਅੱਲਾ ਬੜਾ ਪਿਆਰਾ ਪੱਠਾ ਕਰਦਾ, ਹੁਣ ਯੰਗ ਹੋ ਰਿਹਾ ਖਾਰਾ ਸ਼ਰਾ ਤਕਰੀਬਨ ਮੁਕੰਮਲ ਕੀਤੇ ਖੜਾ, ਰੱਜੇ ਸ਼ਰਜੇ ਨੂੰ ਮਾਸ਼ਾਅੱਲਾ ਕਦ ਸ਼ਰਦਾ ਵੀ ਚੰਗਾ, ਇਹ ਪਹਿਲਾਂ ਨਾ ਕਬੂਤਰਾਂ ਸ਼ਬੂਤਰਾਂ ਨਹੀਂ ਮਾਰਦੇ, ਉਹ ਆਪਣੀ ਗਾਇਨਾ ਫੁੱਲ ਫੇਰੀ ਇਹਦੇ ਨਾਲ ਜਿਹੜਾ ਫੈਂਸ ਜਿਹੜਾ ਮਾਸ਼ਾਅੱਲਾ ਪੂਰਾ ਕੰਪਲੀਟ ਅਲਹਮਦੁਲਿਲਾ। ਅਤੇ ਬਾਕੀ ਜਿਹੜਾ ਮਾਸ਼ਾਅੱਲਾ ਕੁਝ ਕਬੂਤਰ ਫਿਰ ਉੱਤੇ ਗਏ ਨੇ, ਇੱਕ ਵੀ ਕਬੂਤਰੀ ਜਿਹੜੀ ਸ਼ਾਹ ਸਰੀਕ ਦੇ ਵਾਰਾ ਫੜੀ ਨੇ, ਆਹ ਦੋ ਗੋਲਡਨ ਕੁਕੜੀਆਂ ਪੁਰਾਣੀਆਂ ਨੇ, ਮੋਰ ਨਹੀਂ ਆ ਫਿਰ ਇਹ ਇੱਕ ਮੋਰ ਜਿਹੜਾ ਯਾਰ ਉਹ ਪਤਾ ਨਹੀਂ ਕਿੰਨੇ ਦਿਨਾਂ ਤੋਂ ਗਾਇਬ ਹੋ ਗਿਆ ਕਿਤੇ ਨਿਕਲ ਗਿਆ, ਜਿਹੜੀ ਮਾਸ਼ਾਅੱਲਾ ਵੀ ਹੁਣ ਠੀਕ ਹੋ ਰਹੀ ਹੈ, ਇਹਦੇ ਪਰ ਸ਼ਰ ਪਟ ਲੈਣ ਕੁੱਤੀ ਬਾਅਦ 'ਚ ਕੀ ਅੱਲਾ ਕੀਤਾ ਮਾਸ਼ਾਅੱਲਾ ਨਾ ਵੀ।
ਬਾਕੀ ਨਜ਼ਾਰਾ ਵੇਖੋ ਬਕੈਨ ਤਰੇਕ ਦਾ, ਕਾਫੀ ਖੂਬਸੂਰਤ ਹੋ ਗਈ ਮਾਸ਼ਾਅੱਲਾ ਬਕੈਨ। ਆਂਡੇ ਸ਼ਾਂਡੇ ਦੇ ਰਹੀਆਂ ਮੁਰਗੀਆਂ ਵਿੱਚ ਵਿੱਚ ਕਾਂ ਹੀ ਖਾ ਜਾਂਦੇ ਨੇ ਯਾਰ। ਵੰਡਾ ਜਿਹੜਾ ਨਾ ਥੋੜ੍ਹੀ ਜਿਹੀ ਨਵੀਂ ਆਈ ਬਰਾਂਡੇ ਵਿੱਚ ਥੋੜ੍ਹਾ ਜਿਹਾ ਪ੍ਰੋਬਲਮ 'ਚ ਆ ਗਏ, ਫਿਰ ਆ ਜਿਹੜਾ ਬਾਹਰ ਗੰਦਾ ਕੱਢ ਛੱਡਿਆ, ਬਾਕੀ ਸਾਰਾ ਥੋੜ੍ਹਾ ਧੁੱਪੇ ਖਰਾਬ ਛੱਡਾ ਕੇ ਜਿਹੜਾ ਨਾ ਖਰਾਬੀ ਨਾ ਪੈਦਾ ਹੋਵੇ, ਕਿਉਂਕਿ ਉੱਲੀ ਲਾ ਜਾਵੇ ਤਾਂ ਵੰਡਾ ਤੁਹਾਨੂੰ ਪਤਾ ਬੱਚਿਆਂ ਦੇ ਜ਼ਹਿਰ ਜਾਣਾ ਜ਼ਹਿਰ ਦਿੰਦਾ। ਬਲਾਲ ਸਾਹਿਬ ਥੋੜ੍ਹਾ ਚੁੱਕ ਲਿਆ ਮੋਢੇ ਤੋਂ ਉਤਾਰ ਲਿਆ ਮਾਸ਼ਾਅੱਲਾ, ਅਤੇ ਹੁਣ ਲੱਗਣ ਲੱਗਣਾ ਆਪਣਾ ਕੰਮੇ ਕਾਜੇ ਹੌਲੀ ਕਰਕੇ ਨਾ। ਇੱਧਰ ਪਾਣੀ ਖੋਲ ਛੱਡਿਆ ਮੇਰਾ ਪੁੱਤਰ ਕੋ ਨਾ, ਉਹ ਪਰਲੀ ਹੋ ਜੀ ਵਿੱਚ ਦੌੜ ਉਹਦੇ ਨਾਲ ਕਿਹੜਾ ਤੋਂ ਬੱਚੇ ਜਾਂਦੇ ਨੇ ਨਾਲ। ਇਹ ਵੇਖੋ ਮਾਸ਼ਾਅੱਲਾ ਆਪਣੀ ਉਹਦੀ ਜਿਹੜੀ ਹੈ ਨਾ, ਇਹ ਸਫਾਈ ਕਰਕੇ ਪਾਣੀ ਛਣੀ ਪਾ ਰਹੇ ਨੇ। ਇਹ ਮਾਸ਼ਾਅੱਲਾ ਆਪਣੀ ਸ਼ਹਿਜ਼ਾਦੀ ਗੱਬਣ ਲੰਮੀ ਦੀ, ਬਾਕੀ ਇਹਨਾਂ ਸੈਲੇ ਵੀ ਇਹਨਾਂ ਦਾ ਸਿੱਧਾ ਗਾ ਛੱਡਿਆ, ਉਹ ਜਿਹੜਾ ਸੈਲੇ ਪਿਆ ਸਾਰਾ ਚੁੱਕ ਇਹਦੇ ਟ੍ਰਾਂਸਫਰ ਕਰਨ ਹੋਰ ਨਹੀਂ ਪਾਉਣਾ। ਬਾਕੀ ਬੱਚੇ ਸਾਰੇ ਮਾਸ਼ਾਅੱਲਾ ਉਹਦੇ ਨੂੰ ਚੱਲਿਆ ਆ ਰਹੇ, ਇਹ ਬੱਚੇ ਮਾਸ਼ਾਅੱਲਾ ਇੱਥੇ ਰਹਿ ਗਏ ਪੈ ਜਾਣ, ਇਹ ਵੀ ਇਨਸ਼ਾਅੱਲਾ ਆਹਿਸਤਾ ਆਹਿਸਤਾ ਉਦੋਂ ਟ੍ਰਾਂਸਫਰ ਕਰਾਂ ਉਹਨਾਂ ਦੇ ਪੱਖੀ ਸਿੱਖ ਲਾਇਆ ਨਾਲ ਖੁੱਲ੍ਹੀ ਜਾ, ਬੱਚੇ ਤਕਰੀਬਨ ਸ਼ਾਇਦ ਹੋ ਸਕਦਾ ਇੱਥੇ ਰੱਖੀਏ, ਅੱਗੋਂ ਬਣਵਾੜੀਆਂ ਦਾ ਵੱਖਰਾ ਪੁਆਇੰਟ ਬਣਾਉਂਗੇ ਇਨਸ਼ਾਅੱਲਾ ਉੱਥੇ ਤੁਰ ਜਾਣ ਦੀ। ਇਹ ਜਿਹੜੇ ਛੋਟੇ ਬੱਚਿਆਂ ਨੇ ਤੂੰ ਕੱਢ ਛੱਡਣੇ ਇੱਥੇ ਦੁੱਧ ਪੀਂਦੇ ਅੰਦਰ ਬੱਚੇ ਨੂੰ ਇੱਥੇ ਟ੍ਰਾਂਸਫਰ ਕਰਨੇ ਆ, ਜਿਹੜਾ ਇਹ ਵਾੜਾ ਪਿਆ ਖਾਲੀ ਉਹਨਾਂ ਕਾਸਟ ਸਟਾਰਟਰ ਸ਼ੁਰੂ ਕਰਨਾ ਨਿੱਕੀਆਂ ਬੱਚੀਆਂ ਜਿਹੜੀ ਚਾਰ ਪੰਜ ਜਣਿਆਂ ਨੇ ਸਫਾਈ ਕਰ ਗਏ ਨਾ, ਉਹ ਇਨਸ਼ਾਅੱਲਾ ਇੱਥੇ ਕਰ ਦਿਆਂਗੇ, ਬਾਕੀ ਵੱਡੀਆਂ ਸਾਰੀਆਂ ਅੱਗੇ ਬਾਹਰ ਮਾਸ਼ਾਅੱਲਾ ਕੰਮ ਫਿੱਟ ਹੋ ਜਾਂਦਾ ਇਨਸ਼ਾਅੱਲਾ ਉਹਨਾਂ ਦਾ ਵੀ। ਉਸ ਤੋਂ ਬਾਅਦ ਹੁਣ ਚੱਲੇ ਆਪਣੇ ਵੱਡੇ ਸ਼ੈੱਡ ਵਿੱਚ ਜਾ ਕੇ ਉਹ ਮਾਮਲਾ ਵੇਖਣ, ਮਿਸਤਰੀ ਰਾਤ ਕੀ ਕਰ ਰਹੇ ਨੇ, ਪਲੇਟਾਂ 'ਚ ਧੁੱਪਿਆਲ ਕੀਤੀਆਂ ਵੇਖੋ ਮਾਸ਼ਾਅੱਲਾ ਪੱਖੇ ਫਟਾਫਟ ਚੱਲ ਰਹੇ ਨੇ, ਇੱਕ ਪੱਖਾ ਰਹਿ ਗਿਆ ਭਾਈ ਸਲੀਮ ਸਾਹਿਬ ਦਾ, ਬੜੀ ਦਫ਼ਾ ਤਰਲਾ ਕੀਤਾ ਜਿੱਦਾਂ ਗਲਾ ਕੇ ਜਾ ਰਹੇ ਨੇ, ਬਸ ਕਰਮ ਵਾਲੇ ਨੇ ਕੀ ਬੰਦਾ ਕਿਹਾ, ਪਾਕਿਸਤਾਨ ਐਸਾ ਮੁਲਕ ਕਿ ਪੈਸੇ ਦੇ ਤਾਂ ਵੀ ਕੰਮ ਨਹੀਂ ਤੁਹਾਡਾ ਕਰਨ ਲੱਗੇ। ਅਤੇ ਬਾਕੀ ਸ਼ੈੱਡ ਅਲਹਮਦੁਲਿਲਾ ਤੁਹਾਡੀਆਂ ਦੁਆਰਾ ਲੁਕਿੰਗ ਅੱਛੀ ਦੇ ਰਿਹਾ, ਸਿਰਫ ਆਪਣੀ ਹੌਜ਼ੀਆਂ ਲੀਕ ਹੋ ਗਈਆਂ, ਉਹ ਕੱਟਾ ਖੁੱਲ੍ਹਿਆ ਇੱਕ ਹੌਜ਼ੀ 'ਤੇ ਅੱਜ ਐਕਸਪੈਰੀਮੈਂਟ ਕਰ ਰਹੇ, ਉਹਦੇ ਵਿੱਚ ਦਰਜ਼ਾਂ ਸ਼ਰਜ਼ਾਂ ਕੋਈ ਬਣੀ ਜਾਣ, ਉਹ ਚਿੱਟਾ ਸੀਮਿੰਟ ਦੇ ਨਾਲ ਪਲਾਸਟਿਕ ਬੈਰਸ ਉਹਨਾਂ ਫਿਲਿੰਗ ਕੀਤੀ, ਉਹ ਵੇਖਦੇ ਮਤੇ ਅੱਲਾ ਕਰੇ ਜੇ ਖਲੋ ਰਹੇ ਦੀ ਲੀਕੇਜ ਤਾਂ ਫਿਰ ਕੰਮ ਠੀਕ ਹੋਈ। ਬਾਕੀ ਗਾਵਾਂ ਅਲਹਮਦੁਲਿਲਾ ਜਾ ਕੇ ਬੰਕਰਾਂ ਵਿੱਚ ਬਹਿਣਾ ਸਟਾਰਟ ਹੋ ਗਈਆਂ, ਕਈਆਂ ਨੇ ਕੋਈ ਨਹੀਂ ਪਤਾ ਉਹਦੇ ਬਾਹਰ ਹੀ ਟਿਕਰਾਂ ਦੀਆਂ ਨੇ, ਅਤੇ ਕਈਆਂ ਨੇ ਪਤਾ ਜਾ ਕੇ ਅੰਦਰ ਇੰਜੋਏ ਕਰਦੀਆਂ ਨੇ। ਫਿਰ ਸਮਝ ਆ ਰਹੀ ਕਿ ਪੱਕੇ ਦੀ ਹੈ ਗਈਆਂ ਪੀੜੀਆਂ ਹੋ ਗਈਆਂ, ਬਾਹਰ ਕਰਮਾਈਆਂ ਮੰਨੀਆਂ ਡਾਹ ਕੇ ਲੰਮੀਆਂ ਪੈ ਰਹੀਆਂ, ਨੁੱਕਾ ਛੁੱਕਾ ਪਾ ਲੈਣੀ, ਪਤਾ ਨਹੀਂ ਕੀ ਵਜ੍ਹਾ ਨਾ। ਹੁਣ ਇਹ ਵੇਖੋ ਨਾ ਮਾਸ਼ਾਅੱਲਾ ਆਪਣੀ ਮੋਹ ਰਿਸ਼ਤੇਦਾਰੀ ਜਿਹੜੀ ਹੈ, ਉਹ ਬਾਹਰ ਬਹਿ ਕੇ ਗਾਲੀ ਫੰਡੀ ਖਾਈਏ, ਹੁਣ ਕੀ ਬੰਦਾ ਨੇ ਸਮਝਾਵੇ ਅਤੇ ਕੀ ਨਾ ਸਮਝਾਵੇ। ਵੇਖੋ ਨਾ ਬਾਹਰ ਜਨਾਬ ਸਕੂਨ ਨਾ ਮਾਸ਼ਾਅੱਲਾ ਡੈਡੀ, ਇਹ ਵੀ ਅਲਹਮਦੁਲਿਲਾ ਹੁਣ ਰੈਡੀ ਟੂ ਕਾਵਿੰਗ ਹੈ, ਕਲੋਦਾ ਵਿੱਚ ਚੱਲ ਰਹੀ ਹੈ, 15-20 ਦਿਨ ਕੱਢੇ ਦੀ 20-25 ਕੁਝ ਅਮੈਰੀਕਨ ਵੀ ਖਲੋਤੀ ਜੇ ਉਹਦੀ ਹੌਜ਼ੀ ਦੀ ਲੀਕੇਜ ਵਜ੍ਹਾ ਤੋਂ ਤੁਹਾਨੂੰ ਪਾਣੀ ਨਜ਼ਰ ਆ ਰਹੇ, ਨਹੀਂ ਤਾਂ ਮੈਂ ਤੁਹਾਨੂੰ ਖਾਣਾ ਬੰਕਰਾਂ ਵਿੱਚ ਪਾਣੀ ਖੜਿਆ ਜਨਾਬ, ਇੱਥੋਂ ਸਹੀ ਨਜ਼ਰ ਨਹੀਂ ਆ ਰਿਹਾ ਤੁਹਾਨੂੰ, ਲੇਕਿਨ ਪਾਣੀ ਖੜਿਆ ਬੰਕਰਾਂ ਵਿੱਚ, ਇਸ ਦਰਵਾਜ਼ੇ ਤੱਕ ਪਾਣੀ ਬਾਕੀ ਸੁੱਕਾ, ਬਾਕੀ ਪਰਲੀਆਂ ਗਾਵਾਂ ਜਿਹੜੀਆਂ ਕੋਈ ਬੰਕਰਾਂ ਬੈਠੀਆਂ ਨੇ, ਕੋਈ ਫਿਰ ਇਹ ਤੱਕ ਬਾਹਰ ਬੈਠੀਆਂ ਨੇ, ਉਹ ਕੋਈ ਅੱਗੇ ਜਾਤ ਪੱਕੀ 'ਤੇ ਬੈਠੀਆਂ ਨੇ, ਆਪਣੀ ਮਰਜ਼ੀ ਆਈਆਂ ਨੇ, ਕੀ ਬੰਦਾ ਨਾ ਆ ਸਕਦਾ ਜਨਾਬ। ਬਾਕੀ ਕੋਈ ਜਿਹੜੀ ਸਿਆਣੀਆਂ ਗਾਵਾਂ ਨੇ ਭੜੀਆਂ ਨੇ ਕੋਈ 2-2-3-3 ਕਣਾਂ, ਉਹ ਸਕੂਨ ਆਰਾਮ ਨਾਲ ਮਾਸ਼ਾਅੱਲਾ ਵਿੱਚ ਬੈਠੀਆਂ ਨੇ, ਵੇਖੋ ਸਟਾਰਟ ਹੋ ਰਹੀ ਉੱਥੇ, ਆ ਸਾਰੀਆਂ ਲਾਈਨਾਂ ਪੋਕਣਾ ਬਹਿ ਗਈਆਂ, ਜਿਹੜੀਆਂ ਕੋਈ ਬੱਚਨ ਪਰ ਟੈਬ ਨੇ ਉਹ ਬਸ ਬਾਹਰੋਂ ਬਾਹਰ ਲੋਡ ਕੀਤੇ ਨੇ। ਅੱਛਾ ਅੱਛਾ ਕਾਲਾ ਇੱਧਰ ਲੱਗੇ ਆ ਜਨਾਬ, ਇਹ ਆ ਕੋਈ 2 ਪਿੱਲਰ ਸਾਡੇ ਗਲਤ ਲੱਗ ਗਏ ਨੇ, ਜਿਹੜੇ ਨਾ ਦਰਵਾਜ਼ੇ ਸਹੀ ਨਾਲ ਆ ਰਹੇ, ਉਹ ਨਾਲ ਬੰਕਰਾਂ ਦੇ ਸੈਂਟਰ 'ਚ ਆ ਗਏ, ਗਾਂ ਜਿਹੜੀ ਵਿੱਚ ਨਹੀਂ ਵੜ ਸਕਦੀ, ਉਹ ਵੀ ਇਨਸ਼ਾਅੱਲਾ ਸੈੱਟ ਹੋ ਜਾਣੇ, 4 ਰਨ ਦੋ ਸਾਈਡ ਦੋ ਸਾਈਡ ਦੇ ਇਹ ਮੁਕੰਮਲ ਹੋ ਰਿਹਾ, ਫਿਰ ਦਰਵਾਜ਼ੇ ਕੱਲ੍ਹ ਇਨਸ਼ਾਅੱਲਾ ਲਾਉਣ ਦੇ ਕਿ 2 ਦਿਨ ਦੇ ਕੰਮ ਇਹਨਾਂ ਦਾ ਨਾਰਮਲੀ ਰਹਿ ਗਿਆ, ਬਾਕੀ ਕੰਮ ਸਾਰਾ ਅੱਲਾ ਕੀਤਾ ਮੁਕੰਮਲ ਹੋਇਆ ਇਨਸ਼ਾਅੱਲਾ। ਹੀਰੋ ਸਾਹਿਬ ਵੀ ਜਨਾਬ ਵੇਖੋ ਪੂਰੇ ਭਾਰ ਨਾਲ ਮਾਸ਼ਾਅੱਲਾ ਬੈਠੇ ਨੇ, ਪੂਰੇ ਭਾਰ ਨਾਲ ਜਿਹੜਾ ਬੈਠੇ ਨਾ ਸਕੂਨ ਨਾਲ, ਰੇਤ ਖੂਬਸੂਰਤ ਜਗ੍ਹਾ ਸੁੱਕੀ, ਹੀਰੋ ਸਾਹਿਬ ਜਿਉਂ ਆ ਕੇ ਬੈਠੇ ਨੇ ਉੱਠੇ ਨਹੀਂ ਮੁੱਢੋਂ, ਇਹ ਪਟਿਆ ਜੀ ਮਾਸ਼ਾਅੱਲਾ ਸਕੂਨ ਲੈ ਰਹੀ ਜੇ, ਇਹ ਅੱਗੋਂ ਫਿਰ ਆਪਣੀ ਨਿੱਕੋ ਗਾਂ ਜਿਹੜੀ ਹੈ 399 ਨੰਬਰ, ਜਿਹਨਾਂ ਜਿਹਨਾਂ ਪਤਾ ਹੈ ਨਾ ਬੰਕਰਾਂ ਦਾ ਉੱਥੇ ਸਹੀ ਕਰ ਰਹੀਆਂ ਨੇ ਕਾਰਵਾਈ, ਬਾਕੀ ਕੋਈ ਵਾਧਾ ਘੱਟ ਹੈ। ਇਹ ਹੁਣ ਵਾਰ ਲਾ ਲਿਆ ਉੱਤੇ, ਅਤੇ ਇਹ ਜਿਵੇਂ ਗੋਲ ਆਈ ਨਾ ਬਜਰੀ ਦੀ ਅੱਸੀ ਬਣੀ, ਗਾਵਾਂ ਇੱਟਾਂ ਨਰਮੇ ਝੁਬਦੀਆਂ ਨੇ, ਫਿਰ ਇੰਜ ਉੱਤੇ ਬਜਰੀ ਦੀ ਬਾਹ ਕੇ ਇਹਦਾ ਲੈਵਲ ਕਾਢ ਲੈਂਦੇ ਨੇ, ਕਿ ਬੀਮ ਖਰਾਬ ਆਈ, ਇੱਕ ਉਹ ਪਰਲੀ ਸਾਈਡ ਸੈੱਟ ਕਰ ਰਹੇ ਨੇ, ਉਹ ਇੱਟਾਂ ਜਿੱਥੋਂ ਨਜ਼ਰ ਆ ਰਹੀ ਨੇ ਉਹਦੇ ਉੱਤੇ ਬਜਰੀ ਦੇ ਬਰਾਬਰ ਪੈ ਜਾਂਦੇ, ਪਿੱਛੇ ਪਰ 2 ਪਰਲੀ ਸਾਈਡ ਰਹਿ ਜਾਣ ਦੇ, ਉਹ ਵੀ ਇਨਸ਼ਾਅੱਲਾ ਕੰਪਲੀਟ ਹੋ ਜਾਣ ਦੇ,
ਦਿੱਲੀ ਪਹਿਲਵਾਨ ਵੀ ਕੋਲ ਖਲੋ ਸਰਵੇ ਸਰਵੇ ਕਰ ਰਿਹਾ, ਕੋਈ ਦਸ ਬੁੱਝ ਰਿਹਾ ਇਹਨਾਂ ਨੂੰ, ਬਾਇਆ ਨਹੀਂ ਕੰਮ ਕਰਨਾ, ਇਹ ਨਹੀਂ ਕਰਨਾ। ਅਤੇ ਉਹ ਸ਼ਾਇਦ ਦੂਜਾ ਕੋਈ ਵੈਲਡਿੰਗ ਵੁਲਡਿੰਗ ਕਰਦੇ ਨੇ ਪਿਆ, ਨੈਕ ਰੇਲ ਜਿਹੜੇ ਨੇ ਪਰਲੀ ਸਾਈਡ ਵਾਲੀ ਰਹਿੰਦੀ ਹੈ ਉਹ ਲਾ ਰਹੇ ਨੇ। ਉਸ ਤੋਂ ਬਾਅਦ ਇਨਸ਼ਾਅੱਲਾ ਜਿਹੜਾ ਨਾ ਇਹ ਦਰਵਾਜ਼ਾ ਦੋ ਲੱਗਣੇ ਜਨਾਬ ਦੇ, ਕਿਸ ਜਗ੍ਹਾ ਦਰਵਾਜ਼ਾ ਲੱਗਣਾ ਜਿੱਥੇ ਚਾਚਾ ਕਾਹ ਲੱਗਿਆ, ਪਰਾਂ ਤਾਂ ਸਿਰਫ ਉਂਝ ਯਾਰ ਨਾਲ ਬੰਨੀ ਹੈ ਨਾ, ਇੰਜ ਨਾਲ ਲਾ ਕਲਾਂਪ ਲਾ ਦਿੰਦੇ ਜਿਹੜਾ ਪਰਲਾ ਬੀਮ ਦੇ, ਕਹਿੰਦਾ ਇਹ ਦਰਵਾਜ਼ਾ ਲੱਗਣਾ। ਅਤੇ ਇਹ ਅੱਗੇ ਜਿਹੜਾ ਪੈਪ ਗਲਤ ਹੈ ਜੇ ਸ਼ਹਿਰ ਦੇ ਸੈਂਟਰ ਵਿੱਚ ਕਰ ਲਓ ਨਾ, ਗਾਂ ਉਦੋਂ ਲੱਗ ਸਕਣਾ ਦੋ, ਫਿਰ ਮਸਲਾ ਬਣੇ, ਇਹ ਵੀ ਇਨਸ਼ਾਅੱਲਾ ਠੀਕ ਹੋ ਜਾਂਦਾ। ਅਤੇ ਉਸ ਤੋਂ ਬਾਅਦ ਜਿਹੜਾ ਨਾ ਉਹ ਗਾਵਾਂ ਦੇ ਪੱਠੇ ਇਕੱਲੇ ਦੇ ਪਏ ਆਣ, ਮੈਂ ਫਿਰ ਚੁੱਕ ਲੈ ਰਹੇ ਬੱਚੇ ਸਾਡੇ ਆਏ ਕੋਈ, ਜਿਸ ਬੱਚੇ ਆ ਕੇ ਫਿਰ ਇਦਲਾ ਮਾਂ ਚੁੱਕ ਕੇ ਉੱਧਰ ਕਰ ਲਿਆ, ਇੱਧਰ ਫਰੈਸ਼ ਪਾਲ। ਹੁਣ ਉਹਦੇ ਨੇ ਕਿ ਦੋ ਕੁ ਮਗਰ ਹੋਣੇ ਨੇ ਸੈਲ ਚਿਕੰਦਰੀ, ਉਹਨਾਂ ਨੇ ਪਾ ਦਿੰਦੇ ਨੇ ਨਾ, ਫਿਰ ਫਰੈਸ਼ ਮਾਲ ਬੋਕਰ ਸ਼ੋਕਰ ਮਾਰ ਕੇ ਸਾਰਾ ਫਿਰ ਪਾਉਂਦੇ ਇਨਸ਼ਾਅੱਲਾ। ਅਤੇ ਗਰਮੀ ਸ਼ਰਮੀ ਅੱਗੇ ਨਾਲ ਕਾਫੀ ਕੰਟਰੋਲ, ਲੇਕਿਨ ਗਾਵਾਂ ਨੇ ਜਵਾਬ ਵੀ ਗਰਮੀ ਲੱਗਦੀ ਇਸ ਤੋਂ ਨਾ, ਐਨ ਥੋੜ੍ਹੀਆਂ ਹੁਣ ਫੁਹਾਰਿਆਂ ਦੇ ਨੇੜੇ ਨੇੜੇ ਹੋਣੀ, ਪੱਠੇ ਪਾ ਦੇਣ ਗੁਆ ਚੁੱਕੇ, ਫੁਹਾਰੇ ਛੱਡਣੇ ਆ, ਨਾ ਤੋ ਲੈਣ ਦੀਆਂ, ਫਿਰ ਇਨਸ਼ਾਅੱਲਾ ਸਕੂਨ ਚ ਹੋ ਜਾਣੀ। ਬਾਕੀ ਹਲਕਾ ਫੁਲਕਾ ਜਿਹੜਾ ਪੇਂਟਿੰਗ ਕਰ ਰਹੀਆਂ ਹੈ ਵੀ, ਬਾਕੀ ਸਜਣਾ ਵਾ ਜਿਹੜਾ ਨਾ ਨੈਕਰੇ ਵਾਲਾ ਸਿਸਟਮ ਹੈ ਜਿਹੜਾ ਕਲੰਪ 'ਚ ਬਣਾ ਕੇ ਲਾਉਂਦੇ ਨੇ, ਤਕਰੀਬਨ ਇਹਨਾਂ ਨੇ ਸਾਰੇ ਲਾ ਲੈਣੇ, ਅਲਾਈਨਮੈਂਟ ਕਰ ਲਈ ਹੋਣ, ਵੈਲਡ ਕਰਕੇ ਇਹਨਾਂ ਪੱਕੇ ਕਰੋ, ਜੇ ਤਾਂ ਇਹਨਾਂ ਨੂੰ ਜੋੜ ਥੋੜ੍ਹੇ ਥੋੜ੍ਹੇ ਲੱਗੇ ਨੇ, ਆ ਟਾਂਕੇ ਨਿਰਾ ਵਕਤੀ ਤੌਰ 'ਤੇ ਲਾਏ ਨੇ ਹਲਕੇ ਫੁਲਕੇ ਨਾ, ਐਵੇਂ ਦੇ ਪਿਆ ਜਿੱਥੇ ਟਾਂਕੇ ਲੱਗਣੇ ਸਾਰਾ ਉਹਨੇ ਭਰਾਈ ਕਰਨ ਲੱਗਣ ਇਨਸ਼ਾਅੱਲਾ। ਉਸ ਤੋਂ ਬਾਅਦ ਫਿਰ ਜਿਹੜਾ ਨਾ ਨੈਕਰੇ ਨੇ ਇੱਥੇ ਲਾ ਦੇਣ ਦਿਆ, ਭਾਈ ਅੱਧਾ ਜਵਾਬ ਸਾਹਿਬ ਨੇ ਵੈਲਡਿੰਗ ਕਰਦੇ ਨੇ, ਮੈਂ ਕਿਹਾ ਬਾਤ ਹੈ, ਪੂਰੇ ਚਿੰਗਾੜੇ ਉੱਠਦੇ ਨੇ ਜਨਾਬ, ਬੱਖਾਂ ਪੱਕੀਆਂ ਨੇ ਇਹਨਾਂ ਦੀਆਂ, ਰੌਲੇ ਕੋਈ ਨਾ, ਐਨਕ ਦੀ ਲੋੜ ਨਾ, ਗੱਲ ਨਾ ਬਾਤ ਘੱਟ ਆਉਂਦੇ ਨੇ। ਆਹ ਵੀ ਲਾਲਾ ਹੁਣ ਵੈਲਡਿੰਗ ਦਾ ਕਾਰੀਗਰ ਬਣ ਗਿਆ, ਅਗਰ ਮੂੰਹ ਸਾੜਿਆ ਸਾ ਹੁਣ ਕੋਈ ਪੀੜਾ ਹੋਇਆ ਅੱਲਾ ਕੀਤਾ, ਇਹ ਹੁਣ ਸਾਰਾ ਲੱਗ ਚੱਲਿਆ ਇਨਸ਼ਾਅੱਲਾ ਸਿਸਟਮ ਦੇ ਪੱਕਾ ਕਰਕੇ, ਫਿਰ ਨੈਕਰੇ ਲਾ ਦੇਣ ਦੇ, ਫਿਰ ਇਨਸ਼ਾਅੱਲਾ ਸਫਾਈਆਂ ਸੁਥਰਾਈਆਂ ਚੰਗੀਆਂ ਪੀ ਕੇ ਕਰਕੇ ਨਾ, ਉਸ ਬਾਅਦ ਜਿਹੜਾ ਇਨਸ਼ਾਅੱਲਾ ਫਿਰ ਬੱਚੇ ਸ਼ਿਸ਼ਤੇ ਜਿਵੇਂ ਕੋਈ ਸੈਟਿੰਗ ਬਣੀ ਆ, ਗੱਬਣਾ ਵੱਖਰੀਆਂ ਲਿਆ ਰਹੀਆਂ ਯਾਰ, ਉੱਥੇ ਸੈਟਿੰਗ ਬਣਾ ਦੇ, ਸਭ ਤੋਂ ਜਿਹੜਾ ਦਿਮਾਗ ਦਾ ਮਸਲਾ ਬਣਿਆ। ਬਾਕੀ ਅੱਲਾ ਪਾਕ ਸਾਨੂੰ ਸਬਰ ਤੋਂ ਫੇਕ ਦਾ ਫਰਮਾਨ, ਇਨਸਾਨ ਫਿਰ ਮੈਂ ਸ਼ੁਕਰ ਇੰਨੀ ਸਾਰੀ ਗੱਲ ਤੋਂ ਪਰੇਸ਼ਾਨ ਹੋ ਜਾਂਦਾ, ਵੱਧ ਘੱਟ ਜ਼ਿੰਦਗੀ ਦਾ ਹਿੱਸਾ ਉਹਨੂੰ ਮਸਲਾ ਇਨਸ਼ਾਅੱਲਾ ਨਾ, ਅਤੇ ਥੋੜ੍ਹਾ ਜਿਹੜਾ ਨਾ ਹਾਊਜ਼ੀਆਂ ਲੀਕ ਹੋ ਰਹੀਆਂ ਨੇ, ਉਹ ਮਸਲਾ ਬਣਿਆ, ਅਤੇ ਅੱਲ ਅੱਲਾ ਬੁਲਾ ਲਾ ਗਿਆ, ਜ਼ਿੰਦਾਬਾਦ ਦੇ ਨਾਰੇ ਮਾਰ ਰਿਹਾ ਨੇ। ਐਂ ਯਾਰ ਕੱਲ੍ਹ ਪੀ ਆਈ ਵਿੱਚ ਮਾਲ ਮਤਾ, ਮੈਂ ਇਹਨਾਂ ਥਾਣ ਫਿਰ ਸਾੜੂ ਬੜਾ ਪਾਉਂਦਾ, ਚਿਕੰਦਰ ਵੀ ਤੁਹਾਨੂੰ ਪਤਾ ਠੀਕ ਨਹੀਂ ਨਾਉਂਦਾ, ਇਹਨਾਂ ਨੇ ਖਾਧਾ ਨਹੀਂ ਪਤਾ ਨਹੀਂ ਨਵੀਂ ਜਗ੍ਹਾ, ਉਹ ਬੈਠੀਆਂ ਨਹੀਂ ਉੱਠਦੀਆਂ, ਥਕੇੜੇ ਲਾ ਰਹੀਆਂ ਨੇ, ਚਿੱਟੇ ਬਾਅਦ ਬਹਿ ਰਹਿੰਦੀਆਂ ਨੇ, ਉਹ ਇਹ ਤੱਕ ਉਹਨਾਂ ਨਵਾਂ ਨਵੀਂ ਜਗ੍ਹਾ, ਇਹਨਾਂ ਨੂੰ ਕੁਸਮ ਹੀ ਨਹੀਂ ਆ ਰਹੀ, ਕੋਈ ਬਾਹਰ ਬਹਿ ਰਹਿੰਦੀਆਂ ਨੇ ਬੰਕਰਾਂ 'ਚ, ਕੋਈ ਅੰਦਰ ਬਹਿ ਰਹਿੰਦੀਆਂ, ਨਿਜ਼ਾਮ ਇਹ ਨਹੀਂ ਬਣੇ ਆ। ਲੇਕਿਨ ਇਹ ਹੁਣ ਇਨਸ਼ਾਅੱਲਾ ਉੱਧਰ ਲੈ ਜਾਣ ਜੀ, ਚੰਗੀ ਤਰ੍ਹਾਂ ਖੁਰਲੀ ਸਾਫ਼ ਕਰ ਨੇ ਟੂ ਜੀ, ਉਸ ਬਾਅਦ ਜਾਇਜ਼ ਪੱਠੇ ਨੂੰ ਪਾਉਂਦੇ ਜਿਹੜਾ ਇਹ ਮੁਕਾ ਵਿਛੜੇ ਨੇ, ਅਤੇ ਇਹਨਾਂ ਨਾਲ ਚਾਹਣੇ ਨਾ ਪਾਉਣ, ਹੁਣ ਤਾਂ ਉੱਧਰ ਲੈ ਕੇ ਜਾ ਰਹੇ, ਫਿਰ ਇੱਧਰ ਕੁਛ ਮਾਲ ਰੱਖਣ ਦੇ ਨਾਲ ਗੱਬਣਾ ਗੁਬਣਾ ਜਿਹੜਾ ਵਾਧੂ ਮਾਲ ਗੱਬਣਾ ਨੂੰ ਪਾ ਲੈ, ਇਹਦੇ ਨਾਲ ਉੱਧਰ ਕੁਛ ਟ੍ਰਾਂਸਫਰ ਈਜ਼ੀ ਹੋ ਜਾਏਗਾ। ਲੇਕਿਨ ਮੈਂ ਨਾ ਸਮਝ ਨਹੀਂ ਇਹਨਾਂ ਥਕੇੜੇ ਨਹੀਂ ਲੈ ਰਹੇ, ਜਿਹੜਾ ਪੱਠੇ ਬੜੇ ਘੱਟ ਹੀ ਆ ਰਹੇ ਨੇ ਖਾਧੇ ਨੇ। ਬਸ ਅੱਲਾਹ ਖੈਰ ਕਰੇ, ਦੁਆ ਕਰੋ ਠੀਕ ਰਹਿਣ, ਅੱਲਾਹ ਪਾਕ ਸਿੱਧ ਕਰਨ, ਪੱਠੇ ਰਾਜੀ ਖਾਣ, ਦੁੱਧ ਦੇਣ, ਬਰਕਤਾਂ ਕਾਮ ਹੋਵੇ ਅੱਲਾਹ ਦੇ ਫਜ਼ਲ ਨਾਲ। ਬਾਕੀ ਕੁਰਾਨ ਕਰੀਮ ਵਿੱਚ ਵੀ ਇੱਕ ਚੁਕਾਇਆ ਤੁਹਾਡੇ ਵਾਸਤੇ ਜਿਹੜਾ ਨਾ, ਬਸ ਇੱਜ਼ਤ ਨੇ ਅੱਲਾਹ ਤਾਲਾ ਨੂੰ ਬੜੀ ਪਿਆਰੀ ਮਖਲੂਕ, ਇਨਸ਼ਾਅੱਲਾ ਅੱਲਾਹ ਪਾਕ ਬਿਹਤਰ ਫਰਮਾਉਣ ਦੇ, ਪਰ ਬੰਦੇ 'ਚ ਥੋੜ੍ਹਾ ਹੌਸਲਾ ਸਬਰ ਹੋਣਾ ਚਾਹੀਦਾ, ਖੁਸ਼ੀ ਕਰਨੀ ਜ਼ਿੰਦਗੀ ਦਾ ਹਿੱਸਾ ਫਿਰ ਚੱਲਦਾ ਰਹਿੰਦਾ। ਇਹ ਗਾਵਾਂ ਨਾ ਤਕਰੀਬਨ ਸ਼ਹਿਰ 'ਚ ਫਾਰਮ 'ਚ ਆਉਂਦੀਆਂ ਨੇ ਦੋ ਚਾਰ, ਉਹਨਾਂ ਦੇ ਬਾਅਦ ਦੂਜੀ ਨੂੰ ਅੱਲਾਹ ਕੀਤਾ ਜਾ ਚ ਆ ਗਈ, ਇੱਕੋ ਬਾਰੀ ਬੈਠੀ ਹੈ ਨਾਲ ਨਿੱਕੋ, ਨਿੱਕੋ ਦੇ ਵਿੱਚ ਆ ਕੰਨ ਪਾਰਟੀ, ਅੱਗੋਂ ਭਾਈ ਸਾਰੇ ਵਾਲੀ ਗਾਂ, ਆਹ ਪਹਿਲਣ ਸ਼ਹਿਜ਼ਾਦੀ ਹੈ ਨਾ, ਇਹ ਨਹੀਂ ਵਿੱਚ ਬਹਿ ਰਹੀ, ਨਹੀਂ ਸਮਝ ਨਹੀਂ ਆ ਰਹੀ, ਉਹ ਡੋਨ ਜਿਹੜੀ ਉਹ ਵੀ ਆ ਜਾਂਦੀ, ਉਹ ਲੱਤਾਂ ਘੜ ਕੇ ਬਾਹਰ ਬੈਠੀ, ਬਸ ਤੂੰ ਵਿੱਚ ਬਹੁਤ ਗਰਮ ਆਈ, ਕੋਈ ਤਾਂ ਸਹੀ ਬਹਿ ਰਹੀਆਂ, ਕੋਈ ਰੇਤ ਥੋੜ੍ਹੀ ਘੱਟ, ਲੇਕਿਨ ਇਨਸ਼ਾਅੱਲਾ ਹੋਈ ਪੂਰੀ ਕਹਿਣ ਦੀ ਸੋਚਦੀਆਂ, ਸੈਟਿੰਗ ਹੁੰਦੀ ਹੈ ਨਾ, ਰਾਮ ਮੇਨ ਤਾਂ ਬਸ ਚੱਲੇ, ਅੱਲਾ ਖੈਰ ਕਰੇ, ਦੁਆ ਕਰਿਆ। ਠੀਕ ਹੈ ਦੋਸਤੋ, ਵੀਡੀਓ ਫਿਰ ਲੰਮੀ ਹੋ ਜਾਣੀ ਹੈ, ਅਤੇ ਅੱਲਾ ਪਾਕ ਖੈਰ ਫੇਰ ਫਰਮਾਏ, ਇਹਨਾਂ ਦੁਆਵਾਂ ਨਾਲ ਕਿ ਤੁਸੀਂ ਖੁਸ਼ ਰਹੋ, ਆਬਾਦ ਰਹੋ, ਅੱਲਾ ਪਾਕ ਤੁਹਾਨੂੰ ਆਪਣੀ ਜ਼ਾਤ ਤੋਂ ਸਵਾ ਕਦੇ ਵੀ ਕਿਸੇ ਦਾ ਮੁਹਤਾਜ ਨਾ ਫਰਮਾਉਣ, ਔਰ ਆਪਣੇ ਕੋਲ ਮੰਗਣੇ ਦੀ ਤੋਫੀਕ ਤਾਂ ਫਰਮਾਉਣ, ਅਤੇ ਮਾਂ ਪਿਓ ਦੀ ਖਿਦਮਤ ਕਰਦੇ ਰਹੋ, ਅੱਲਾ ਤਾਲਾ ਵੀ ਰਾਜ਼ੀ ਹੁੰਦੇ ਨੇ, ਮਾਂ ਪਿਓ ਰਾਜ਼ੀ ਹੋਵੇ ਦੇ। ਅਤੇ ਇਨਸ਼ਾਅੱਲਾ ਫਿਰ ਮਿਲਣਾ ਤੁਹਾਨੂੰ ਇੱਕ ਨਵੀਂ ਅਤੇ ਪਿਆਰੀ ਵੀਡੀਓ 'ਚ, ਉਦੋਂ ਤੱਕ ਜਿਹੜੇ ਭੈਣਾਂ ਭਰਾ ਨਵੇਂ ਵਾਲੇ ਚੈਨਲ ਯਾਰ, ਸਬਸਕ੍ਰਾਈਬ ਕਰਕੇ ਹੌਸਲਾ ਅਫਜ਼ਾਈ ਕੀਤਾ ਕਰੋ। ਜਜ਼ਾਕੱਲਾ ਖੈਰ ਆ, ਠੀਕ ਹੈ, ਹੱਸਦੇ ਰਹੋ, ਬਸਦੇ ਰਹੋ, ਨੇਕੀ ਦੀਆਂ ਗੱਲਾਂ ਇੱਕ ਦੂਜੇ ਨੂੰ ਦੱਸਦੇ ਰਹੋ, ਵੈਲਡਿੰਗ ਲਾ ਪੈਣ, ਅੱਲਾ ਖੈਰ ਬੇੜ ਬਾਰ, ਓਕੇ, ਰੱਬ ਰਾਖਾ।